ਓ ਨਹੀਂ ਕੁਛ ਵੀ ਨਹੀਂ ਪਹਿਨਾ ਕੀ ਆ ਭਾਈ, ਮੈਂ ਤੇਰੀਆਂ ਮੁੱਛਾਂ ਪੁੱਟ ਕੇ ਤੇਰੀ ਰਹਿਣੀ ਆ ਭੈਣ ਕਵਾਲੀ ਕਰ ਦੇਣੀ ਹੁਣੇ ਤੈਨੂੰ ਮੈਂ, ਇੱਕ ਮਿੰਟ ਖਲੋ ਭਾਈ, ਪਤਾ ਨੀ ਮੇਰਾ ਹੈਗਾ ਯਾਰ, ਚੁੱਪ ਕਰਾ ਕਿੰਨੀ ਦੇਰ ਦਾ ਚੁੱਪ ਖਲੋਤਾ ਮੈਂ ਤੇਰਾ, ਵੇਖਣ ਦਿਆ ਮਸਕੀਨ ਨੂੰ ਮਾਰੀ ਜਾਂਦੇ ਆ, ਇੱਕ ਮਿੰਟ ਖਲੋ ਯਾਰ, ਬਸ ਕਰ ਤੂੰ ਵੀ ਇੱਕ ਗੱਲ ਸੁਣ ਲੈ, ਤੂੰ ਘਰੋਂ ਬਾਹਰ ਪੈਰ ਪਾਇਆ ਮੈਂ ਤੇਰੇ ਹੱਥ ਪੈਰ ਤਰੋੜ ਕੇ ਤੈਨੂੰ ਮੰਜੀ ਤੇ ਪਾ ਦੇਣੇ। ਹਾਂਜੀ ਮੈਡਮ ਜੀ, ਮੇਰੀ ਗੱਲ ਸੁਣੋ, ਇੱਕ ਮਿੰਟ ਭਾਈ ਜਾਨ, ਇੱਥੇ ਬਵੋ ਤੇ ਸਹੀ, ਮੈਂ ਦੱਸਣਾ, ਓਏ ਗਲੋ ਭਾਈ ਜਾਨ ਕੀ ਹੋ ਗਿਆ, ਇੱਕ ਮਿੰਟ ਸਬਰ ਤੇ ਕਰਨਾ, ਮੈਂ ਵੇਖਣ ਦਿਆ ਵਾ ਵੇਲੇ ਸਿਰ ਵਾਲਾ ਤੈਨੂੰ ਕੁੱਟੀ ਜਾਂਦੇ ਆ, ਖਾਨ ਅਲੀ ਤੇ ਅੱਜ ਦੀ ਵੀਡੀਓ ਬੜੀ ਮਜ਼ੇਦਾਰ ਹੈ, ਤੇ ਇੱਕ ਜਿਹੜਾ ਹਿਲਿਆ ਇੱਕ ਬਦਮਾਸ਼ ਹੈ, ਤੇ ਮੈਂ ਉਹਨੂੰ ਆਹਮਣੇ ਸਾਹਮਣੇ ਕਰਾਉਣਾ ਸਮੁੰਦਰੀ ਘੋੜੇ ਦੇ ਤੇ ਕਿਰਨ ਜੱਟ ਦੇ, ਤੇ ਵੀਡੀਓ ਦਾ ਯਾਰ ਤੁਸੀਂ ਮਜ਼ਾ ਲਿਆ ਕਰੋ ਤੇ ਵੀਡੀਓ ਦੇ ਵਿੱਚ ਕਿਹੜੇ ਨਾ ਕੱਢਿਆ ਕਰੋ, ਮੇਰੀ ਫਿਲਮ ਹੈ ਯਾਰ, ਸਾਰੀਆਂ ਫਿਲਮਾਂ ਫੇਕ ਹੀ ਹੁੰਦੀਆਂ ਨੇ, ਤੁਹਾਨੂੰ ਵੀ ਪਤਾ ਫਿਲਮਾਂ ਕੀ ਅਸਲ ਹੁੰਦੀਆਂ ਨੇ, ਮੇਰੀ ਤਾਂ ਫਿਲਮ ਬਣਨ ਦਿਓ ਯਾਰ, ਮੇਰੀ ਫਿਲਮ ਹੀ ਨਹੀਂ ਤੁਸੀਂ ਬਣਨ ਦੇ ਰਹੇ, ਅਤੇ ਯਾਰ ਮੈਨੂੰ ਪਤਾ ਹੈ ਕਿ ਜਿਹੜੀਆਂ ਚੀਜ਼ਾਂ ਤੁਸੀਂ ਵੇਖਣਾ ਚਾਹ ਰਹੇ ਹੋ ਨਾ ਦੂਸਰਿਆਂ ਦੇ ਵਲੋਗ ਵਿੱਚ, ਭਰਾਵਾ ਨਾ ਤਾਂ ਮੇਰੀ ਬੀਵੀ ਹੈ ਅਤੇ ਨਾ ਤਾਂ ਕੋਈ ਇਹੋ ਜਿਹਾ ਮਾਮਲਾ ਕਿ ਮੈਂ ਆਪਣੀਆਂ ਬੀਵੀਆਂ ਵਹਾਵਾਂ ਤੁਹਾਨੂੰ, ਅਤੇ ਫਿਲਮ ਦਾ ਮਜ਼ਾ ਲਵੋ, ਕੀੜੇ ਨਾ ਕੱਢੋ, ਅਤੇ ਕਿਰਾਏ ਦਾ ਬਦਮਾਸ਼ ਹਾਇਰ ਕੀਤਾ ਹੈ, ਅਤੇ ਵੀਡੀਓ ਬੜੀ ਮਜ਼ੇਦਾਰ ਹੈ, ਵੀਡੀਓ ਨੂੰ ਐਂਡ ਤੱਕ ਦੇਖ ਕੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਫੋਲੋ ਕਰਨਾ, ਪੁਰਾਣੇ ਸਬਸਕ੍ਰਾਈਬਰ ਮੇਰੇ ਖਤਮ ਹੋ ਗਏ ਨੇ, ਨਵੇਂ ਸਬਸਕ੍ਰਾਈਬਰ ਜਿਹੜੇ ਨੇ ਮੇਰੇ, ਮੈਨੂੰ ਜਿਹੜੇ ਵਾਚ ਟਾਈਮ ਮੇਰਾ ਪੂਰਾ ਕਰ ਰਹੇ ਨੇ, ਤੁਹਾਡਾ ਦਿਲ ਤੋਂ ਸ਼ੁਕਰੀਆ, ਪਾਕਿਸਤਾਨ ਜ਼ਿੰਦਾਬਾਦ। ਅਸੀਂ ਵੇਲੇ ਲੋਕ, ਅਸੀਂ ਵੇਲੇ ਲੋਕ, ਅਸੀਂ ਵੇਲੇ ਲੋਕ ਵੇਲੇ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਭਾਈ। ਇੱਧਰ ਆ ਜਾਓ। ਇੱਧਰ ਕੀ ਹੈ? ਤੁਸੀਂ ਅਕੇਲੇ? ਨਹੀਂ ਭਾਜੀ, ਇੱਧਰ ਆ ਜਾਓ ਸਰ। ਓਏ ਆ ਜਾਂਦੇ ਆ, ਏ ਹਰ ਚੀਜ਼ 'ਤੇ ਤੈਨੂੰ ਪਾਬੰਦੀ ਲਾ ਦੇਣਾ, ਇੱਥੇ ਆ ਜਾਓ ਤੇ ਇੱਥੇ ਆ ਜਾ, ਪਾਗਲ ਦਿਆ ਪੁੱਤਰਾ, ਬਹਿ ਜਾ ਇੱਥੇ, ਕੀ ਬਹਿਣਾ ਮੈਂ ਮੇਰੇ ਵੱਲੋਂ। ਭਾਜੀ ਅੱਜ ਤੁਸੀਂ ਸਲਾਮ ਲੈ ਲਈਏ, ਅੱਜ ਕਿੱਧਰੋਂ ਦਿਨ ਚੜ ਗਿਆ? ਇਹ ਜਿੱਧਰੋਂ ਰੋਜ਼ ਚੜ੍ਹਦਾ ਉੱਧਰੋਂ ਹੀ ਚੜ੍ਹਦਾ, ਦਿਨ ਕਿੱਧਰੋਂ ਚੜ੍ਹ ਗਿਆ, ਸਲਾਮ ਲੈਣਾ ਸਵਾਬ ਹੈ, ਗੱਲ ਨਾਲ ਫਲਾਣੇ ਆ ਕੀ ਕੀਤੇ, ਫਲਾਣੇ ਆ ਕੀ ਕੀਤੇ, ਹਰ ਵੇਲੇ ਤੂੰ ਸੀਨ ਹੀ ਫੜੀ ਰੱਖਣਾ, ਮਕਾਉਂਦਾ ਹੀ ਨਹੀਂ ਸੀਨਾਂ ਨੂੰ। ਭਾਜੀ ਮਕਾ ਦਿਆਂਗਾ ਜਨਾਬ, ਕੀ ਹੋ ਗਿਆ, ਅੱਜ ਤੁਸੀਂ ਸਲਾਮ ਲੈ ਲਈਏ, ਦਿਲ ਖੁਸ਼ ਕਰ ਦਿੱਤਾ। ਅੱਛਾ ਜੀ, ਦਿਲ ਖੁਸ਼ ਕੀਤੇ, ਮੈਂ ਤਾਂ ਹਰ ਬੰਦੇ ਨਾਲ ਸਲਾਮ ਨਾਲ ਨਾ, ਤੁਹਾਡੇ ਕੰਨ ਬੰਦ ਨੇ। ਅੱਛਾ ਭਾਜੀ ਚਲੋ ਜੀ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਸਲਾਮ ਲਈ, ਇੰਝ ਪਿਆਰ ਨਾਲ ਆਇਆ ਕਰੋ ਨਾ, ਦੇਖੋ ਸ਼ੂਟ 'ਤੇ ਬੰਦਾ ਸੁਬਹਾ ਸੁਬਹਾ ਜਾਂਦਾ, ਹੈਪੀ ਜਾਂਦਾ ਸਰ। ਅਤੇ ਹੈਪੀ ਆਉਂਦਾ ਮੈਂ ਕਦੋਂ ਹੱਥ 'ਚ ਛੁਰੀ ਫੜ ਕੇ ਆਉਂਦਾ, ਕਿ ਤੇਰੀ ਪੱਖੀ 'ਚ ਮਾਰੀ ਹੈ, ਤੇਰਾ ਗੁਰਦਾ ਬਾਹਰ ਕੱਢ ਦਿੱਤਾ। ਭਾਈ ਤੂੰ ਪਾਣੀ ਸ਼ਾਣੀ ਪੀਣਾ ਦੱਸੋ, ਕਦੀ ਪਾਣੀ ਪਿਆ ਹੀ? ਚਲੋ ਭਾਜੀ ਅਸੀਂ ਪਾਣੀ ਲੈ ਕੇ ਉਹ ਦੱਸੀ, ਇਹ ਪਾਣੀ ਕਦੀ ਵੀ ਨਹੀਂ ਪਿਆ ਤੇ ਨਾ ਕਦੀ ਆਇਆ ਇੱਥੇ। ਭਾਜੀ ਆਏਗਾ, ਕੀ ਹੋ ਗਿਆ ਸਰ? ਆਏਗਾ, ਤੂੰ ਪਾਣੀ ਮੈਨੂੰ ਪਿਆਣਾ ਤੇ ਮੈਂ ਤੇਰਾ ਪਾਣੀ ਪੀਣਾ, ਪਰ ਆ ਕਰ ਪਾਣੀ ਪਿਆਉਣ ਵਾਲਾ ਐਡਾ ਤੂੰ, ਤੇਰਾ ਮੂੰਹ ਹੈ ਵੇ ਯਜ਼ੀਦਾ ਪਾਣੀ ਪਿਆਉਣ ਵਾਲਾ।
ਪਾਣੀ ਆ ਜੀ, ਇਨਸ਼ਾਅੱਲਾ ਤੁਹਾਨੂੰ ਪਿਆਵਾਂਗਾ ਜਨਾਬ, ਪਾਣੀ ਪਿਆਵਾਂਗਾ ਸਰ। ਕਿਹੜਾ ਪਾਣੀ ਪਿਆਨਾ ਮੈਨੂੰ? ਕਿਹੜਾ ਪਾਣੀ ਪਿਆਨਾ ਮੈਨੂੰ? ਕਿਹੜਾ ਪਾਣੀ ਪਿਆਨਾ? ਕਿੱਥੇ ਮੈਨੂੰ ਪਾਣੀ ਪਿਆਈ ਹੈ? ਮੈਨੂੰ ਇਹ ਕਿਉਂ ਲੱਗੋ ਕਹਿਣਾ ਕਿ ਮੈਂ ਪਾਣੀ ਪਿਆਨਾ ਪਿਆਨਾ ਵਾ, ਪਾਣੀ ਪਿਆਨਾ ਵਾ? ਕਿਹੜਾ ਪਾਣੀ ਮੈਨੂੰ ਪਿਆਨਾ ਹੁੰਦਾ ਸਰ? ਪਾਣੀ ਆ ਜੀ ਪਿਆਵਾਂਗਾ ਜਨਾਬ, ਪਾਣੀ ਪਿਆ, ਪਾਣੀ ਪਿਆਵਾਂਗਾ, ਪਾਣੀ ਪਿਆਵਾਂਗਾ। ਤੂੰ ਨਹੀਂ ਪਿਆ ਸਕਦਾ, ਤੇਰੇ ਕੋਲ ਉਮੀਦ ਨਹੀਂ ਹੈਗੀ, ਤੂੰ ਬੇਸ਼ਰਮ ਤੇ ਬੇਗੈਰ ਤੇ ਕੁੱਤਾ ਆਦਮੀ, ਕੁੱਤਾ ਆਦਮੀ। ਸਰ ਮੇਰੀ ਗੱਲ ਸੁਣੋ, ਆਇਓ ਪਿਆਰ ਨਾਲ ਬੈਠੋ, ਜ਼ਰਾ ਜ਼ੇਨ ਤੁਆਦਨ ਥੋੜ੍ਹਾ ਠੀਕ ਰੱਖੋ। ਉਹ ਮੇਰਾ ਜ਼ੇਨ ਤੁਆਦਨ ਠੀਕ ਹੈ? ਮੈਂ ਪਾਗਲ ਆਦਮੀ ਹਾਂ ਸਰ, ਮੈਂ ਤੇਰੇ ਸ਼ੂਟ ਤੇ ਆਇਆ, ਬੇਵਕੂਫ ਆਦਮੀ ਹਾਂ, ਘਰੋਂ ਸਭ ਕੁਝ ਕਰਕੇ ਆਇਆ, ਪਾਣੀ ਪੀ ਲਓ, ਪਾਣੀ ਪੀ ਲਓ। ਅੱਛਾ ਮੇਰੀ ਗੱਲ ਸੁਣੋ। ਹਾਂ ਜੀ ਸੁਣਾਓ। ਦੇਖੋ ਅੱਛੀ ਗੱਲ ਨਹੀਂ, ਹੱਥ ਚਲਾਕੀ ਤੁਸੀਂ ਕਰਦੇ ਹੋ। ਕਿਹੜੀ ਹੱਥ, ਕਿਹੜੀ ਹੱਥ ਚਲਾਕੀ ਹੋ? ਕਿਹੜੀ ਹੱਥ ਚਲਾਕੀ? ਕਿਹੜੀ ਹੱਥ ਚਲਾਕੀ? ਕਿਹੜੀ ਤਰ੍ਹਾਂ ਮੈਂ ਕੀਤੀ ਹੈ? ਕੀ ਕਰ ਰਹੇ ਹੋ? ਕੀ ਕਰ ਰਿਹਾ? ਨਹੀਂ ਇਹ ਕੀ ਕਰ ਰਹੇ ਹੋ? ਮੈਂ ਕੁਝ ਨਹੀਂ ਕਰ ਰਿਹਾ, ਤੇਰੀ ਗੁਫ਼ਤਗੂ ਦੀ ਵਜ੍ਹਾ ਨਾਲ ਕਰ ਰਿਹਾ ਹਾਂ ਬਦਤਮੀਜ਼ ਆਦਮੀ। ਅੱਛੀ ਗੱਲ ਨਹੀਂ ਭਾਜੀ, ਇਹ ਚੀਜ਼ਾਂ ਅੱਛੀਆਂ ਨਹੀਂ ਹੈ। ਇਹ ਕਿਹੜੀਆਂ ਚੀਜ਼ਾਂ ਜੀ ਅੱਛੀਆਂ ਨੇ ਉਹ ਮੈਨੂੰ ਦੱਸ ਦੇ, ਮੈਨੂੰ ਲਿਖ ਕੇ ਦੇ ਦੇ ਕਾਗਜ਼ ਦੇ ਉੱਤੇ ਕਿ ਇਹ ਚੀਜ਼ ਵੀ ਨਾ ਚਾ ਖਾ ਲਓ, ਇਹ ਚੀਜ਼ ਵੀ ਨਹੀਂ ਚੰਗੀ ਹੈ ਜੀ। ਕਿਹੜੀ ਚੀਜ਼ ਚੰਗੀ ਹੈ ਤੇਰੀ? ਨਹੀਂ ਭਾਜੀ ਤੁਸੀਂ ਇੱਕ ਸੋਚਿਆ ਹੁੰਦਾ ਕਿ ਜਾ ਕੇ ਮੈਂ ਉਹਦੇ ਨਾਲ ਬੌਕਸਰ ਬੌਕਸਰ ਖੇਡਣਾ, ਇਹ ਕੀ ਗੱਲ ਘਰੋਂ ਨਿਕਲ? ਬੌਕਸਰ ਬੌਕਸਰ ਤੇ ਨਾ ਖੇਡਣਾ, ਤੂੰ ਗੱਲ ਹੀ ਇਹੋ ਜਿਹੀ ਕਰਨਾ ਬਦਤਮੀਜ਼ ਵਾਲੀ, ਮੇਰਾ ਦਿਮਾਗ ਖਰਾਬ ਕਰਨਾ, ਮੇਰਾ ਬਲੱਡ ਤੇਜ਼ ਕਰ ਦੇ। ਆਏ ਆ, ਕੋਈ ਐਸੀ ਗੱਲ ਨਹੀਂ, ਕੋਈ ਐਸਾ ਮਾਮਲਾ ਤਾਂ ਨਹੀਂ ਕੀਤਾ ਭਾਈ ਜਾਨ। ਦੇਖੋ ਐਸੀ ਗੱਲ ਨਹੀਂ ਹੈ, ਅਗਰ ਤੁਹਾਡਾ ਬਲੱਡ ਵੀ ਕੋਈ ਮਸਲਾ ਹੈ, ਮੈਂ ਨਾਲ ਮੈਡੀਸਨ ਹੈ, ਦੇਖੋ ਮੈਡੀਸਨ ਮੈਡੀਸਨ ਫਲਾਂ ਤੋਂ ਫਲਾਂ ਤੋਂ ਡਾਕਟਰ ਬਣ ਜਾਣਾ, ਮੈਨੂੰ ਬਿਮਾਰ ਕਰ ਛੱਡਣਾ ਇਸ ਗੱਲ ਤੋਂ, ਮੈਡੀਸਨ ਖਾ ਲਓ, ਐਡਾ ਡਾਕਟਰ ਆ ਸਭ ਤੂੰ, ਚੱਲ ਪਰ ਚੱਲ ਪਰ ਬਕਵਾਸ ਕਰ ਰਿਹਾ, ਬਦਤਮੀਜ਼ ਦਿਆ ਬੱਚੇ ਆ, ਪਰ ਕਰ ਰਹੇ ਮੈਡੀਸਨ, ਪਰ ਕਰ ਇਹਨੂੰ ਮੈਡੀਸਨ ਖਾ ਲਾ, ਮੈਂ ਪਾਗਲ ਹਾਂ, ਮੈਂ ਘਰੋਂ ਨਾਸ਼ਤਾ ਕਰਕੇ ਸਭ ਕੁਝ, ਮੈਨੂੰ ਨਾ ਸੁਣਾ ਇਹੋ ਜਿਹੀਆਂ ਗੱਲਾਂ। ਦੇਖੋ ਭਾਈ ਇਹ ਕੋਈ ਗੱਲ ਤਾਂ ਨਹੀਂ ਨਾ, ਇਹ ਗੱਲ ਗੱਲ ਹੀ ਤੂੰ ਇਹੋ ਜਿਹੀ ਕਰਨਾ? ਸਰ ਮੈਂ ਤਾਂ ਦੇਖੋ ਸੀਨ ਸਮਝਾਉਣਾ ਸੀ, ਸੀਨ ਤੂੰ ਮੈਨੂੰ ਸੀਨ ਕੀ ਸਮਝਾਉਣਾ ਸੀ? ਇਹਨਾਂ ਦਾ ਤਾਲਬ ਕਰਾਓ, ਇਹ ਕੌਣ ਨੇ ਭਾਈ? ਇਹਦੀ ਬੜਾ ਘੂਰਨ ਡਿਆ ਨੇ ਮੇਰੇ ਕੋਲ, ਕੌਣ ਨੇ ਜੀ ਭਾਈ ਜਾਨ? ਓਏ ਕੌਣ ਹੈ? ਤਾਰਫ ਕਰਾਨਾ ਇਹਨਾਂ ਦਾ ਵੀ ਭਾਈ, ਕਰਾ ਦੇਣਾ ਕਰਾ ਕਰਾ ਸਿਗੜ ਦਾ ਧੂਆਂ, ਜਿਹੜਾ ਬੰਦਾ ਲਿਆਉਣਾ ਸਿਗੜ ਪੀਣ ਵਾਲੇ ਲਿਆਉਣਾ ਭਾਈ ਜਾਨ, ਭਾਈ ਜਾਨ ਹਲੋ ਸਰ, ਇਹ ਭਾਈ ਜਾਨ ਨੇ ਵੀ ਤੇ ਸਿਰਗੜ ਦਾ ਧੂਆਂ ਪਰਾਂ ਕਰ ਲਓ, ਪਰਾਂ ਕਰ ਇੰਡਾ ਲਿਆ ਨਹੀਂ ਹੈ, ਪਰਾਂ ਕਰ, ਮੁੱਛਾਂ ਨੂੰ ਵੱਟ ਤੇਰੀਆਂ ਮੁੱਛਾਂ ਵੀ ਨਹੀਂ ਤੇ ਮੁੱਛਾਂ ਨੂੰ ਵੱਟ ਦੇਣ ਡੇ, ਚੱਲ ਉੱਧਰ ਜਾ। ਹਾਂ ਜ਼ਰਾ ਮੇਰੇ ਵੱਲੋਂ ਇੰਝ ਵੇਖਣ ਡਿਆ, ਮੇਰੀ ਸ਼ਕਲ ਦਾ ਤੇਰਾ ਪਿਓ ਗੁਆਚਾ ਹੈ? ਬੇਗੈਰਤ ਜਿਹਾ ਬੰਦੇ ਲਿਆਉਂਦੇ ਹੋ ਤੂੰ, ਜਿਹੋ ਜਿਹਾ ਤੂੰ ਬੇਗੈਰਤ ਨਾ, ਉਹ ਜਿਹੇ ਤੇਰੇ ਬੰਦੇ ਬੇਗੈਰਤ ਨੇ। ਨਹੀਂ ਉਹਨਾਂ ਨਾਲ ਗੱਲ ਕੋਈ ਨਾ ਕਰੋ, ਉਹ ਗੱਲ ਨਾ ਗੱਲ ਕੋ, ਕੁੱਤਾ ਉਹਨਾਂ ਨਾਲ ਗੱਲ ਮੈਂ ਨਾ ਕਰਾਂ, ਮੈਨੂੰ ਮੇਰੀ ਪਿੰਨੀ ਪਾੜ ਦੇਗਾ, ਉਹਨਾਂ ਗੱਲ ਕੀ ਨਾ ਕਰਾਂ ਮੈਂ? ਅੱਛਾ ਇੱਕ ਮਿੰਟ ਭਾਈ ਜਾਨ ਬੈਠੋ, ਜਿਹੜਾ ਬੰਦਾ ਲਿਆਉਣਾ ਮੈਨੂੰ ਇਸ ਲਈ ਲਿਆਉਣਾ, ਉਹ ਉਹਨਾਂ ਨੂੰ ਕੰਮ ਹੈ ਕੋਈ, ਮੈਂ ਕੋਈ ਕੰਮ ਨਹੀਂ ਜਾਗਾ ਉਹਨਾਂ ਨਾਲ। ਸਰ ਇੱਕ ਮਿੰਟ, ਹੈਲੋ ਸਰ, ਮੇਰੇ ਪਿੱਛੋਂ ਪਰਾਂ ਹਟ ਭਾਈ ਜਾਨ, ਇਧਰ ਆਓ ਕੁਰਸੀ ਦੇਣਾ ਤੁਹਾਨੂੰ ਸਰ, ਇਧਰ ਆਓ। ਬੈਠੋ ਸਰ, ਬਹਿ ਜਾਓ ਸਰ। ਉਹ ਕੀ ਬੈਣਾ ਮੇਰੇ ਨਾਲ? ਬਹਿ ਜਾਓ ਸਰ, ਇੱਥੇ ਬਹਿ ਜਾਓ ਸਰ। ਕੀ ਬੈਣਾ? ਬਹਿ ਜਾਓ, ਕੁਛ ਵੀ ਨਹੀਂ ਬੈਂਦਾ ਸਰ, ਭਾਈ ਜਾਨ ਉਧਰ ਮੂੰਹ ਕਰ ਲਓ ਸਰ। ਭਾਈ ਜਾਨ ਬੰਦਾ ਨੀਆ ਬਿੱਲੀ ਵਾਲੀਆਂ ਅੱਖਾਂ ਕੱਢ ਲੈ ਪਿਆ। ਗੱਲ ਸੁਣੋ, ਬੰਦਾ ਬੜਾ ਖਤਰਨਾਕ ਏ, ਉਹਦੇ ਨਾਲ ਗੱਲ ਨਹੀਂ ਕਰਨੀ। ਮੈਨੂੰ ਕੋਈ ਡਰਾਉਣ ਦੀ ਕੋਸ਼ਿਸ਼ ਨਾ, ਖਤਰਨਾਕ ਹੋ ਗਿਆ ਤਾਂ ਬੜੇ ਭੈਣ। ਉਹ ਮੈਨੂੰ ਮਿਹਰਬਾਨੀ ਮਿਹਰਬਾਨੀ ਦੀ ਕੋਈ ਗੱਲ ਹੈ, ਖਤਰਨਾਕ ਮੈਨੂੰ ਡਰਾਵੇ ਕੌਣ ਹੈ? ਇਹ ਜਿਵੇਂ ਕੋਈ ਫਿਲਮ ਕਰਵਾ ਲੇਗਾ ਸਰ। ਇੱਕ ਮਿੰਟ, ਬਬੋ ਤੇ ਸਹੀ ਨਾ, ਬਬੋ ਤੇ ਸਹੀ, ਇਸ ਤਰ੍ਹਾਂ ਨਾ ਕਰੋ। ਇਹਨੂੰ ਕਹੋ ਆਪਣੀ ਆਪਣੀ ਅੱਖਾਂ ਠੀਕ ਕਰੇ, ਆਪਣੀ ਗੱਲ ਠੀਕ ਕਰੇ। ਭਾਈ ਜਾਨ ਮੇਰੇ ਵਾਲੇ ਜੀ ਨਾ ਵੇਖੇ, ਮੈਨੂੰ ਚੇੜ ਹੁੰਦੀ ਹੈ ਇਸ ਗੱਲ ਤੋਂ। ਜਨਾਬ ਇੱਕ ਮਿੰਟ ਸਰ, ਇੱਕ ਮਿੰਟ ਸਰ, ਮਿਹਰਬਾਨੀ। ਉਹ ਕਾਹਦੇ ਲਈ ਇਹਦੀ ਮਿਹਰਬਾਨੀ, ਗੋਡਿਆਂ ਨੂੰ ਹੱਥ ਲਾਉਣ ਡਿਆ ਇਹਦੇ ਕੋਲ, ਚਬਲ ਜਿਹਾ ਬੰਦਾ, ਇਹਨੂੰ ਚਪੇੜ ਮਾਰ ਕੇ ਬੜਾ ਠਾ।
ਮੈਂ ਖੁੱਲੇ ਚ ਬਹਿਣ ਵਾਲਾ ਬੰਦਾ ਭਾਈ ਜਾਨ, ਮੈਂ ਖੁਦ ਬਿਠਾਇਆ ਇਹਨਾਂ ਨੂੰ, ਜ਼ਰਾ ਕੰਮ ਤੂੰ ਬਿਠਾਇਆ ਇਹਨੂੰ, ਘਰ ਬਿਠਾ ਲੈ ਭਣਵਈਆ, ਜ਼ਰਾ ਇਹਨੂੰ ਬਿਠਾਇਆ ਮੈਂ। ਸਰ ਜੀ ਮੇਰੀ ਗੱਲ ਤਾਂ ਸੁਣੋ ਨਾ, ਗੱਲ ਸੁਣ ਲਿਆ ਕਰੋ। ਸੁਣਾ ਯਾਰ ਤੂੰ ਗੱਲ ਸੁਣਾ, ਕੀ ਸੁਣਾਉਣਾ ਇੰਝ ਕਰਕੇ ਗੱਲ ਸੁਣਾਉਣਾ। ਸਰਾ ਦੇਖੋ ਡਾਕਟਰ ਸਾਹਿਬ ਜਿਹੜੇ ਨੇ ਨਾ, ਆਹੋ ਤੁਹਾਨੂੰ ਮੈਂ ਕਿਹਾ ਵੀ ਸੀ ਕੱਲ੍ਹ ਗਾਣੇ ਦੇ ਉੱਤੇ, ਕਿਹਾ ਸੀ ਦਿਲ ਦਾ ਮਰੀਜ਼ ਹੈ। ਤਾਂ ਕੀ ਹੋਇਆ ਉਹਨੂੰ? ਹੋਸਪਿਟਲ ਪਿਆ, ਸਗੋਂ ਡਾਕਟਰਾਂ ਨੇ ਵੀ ਜਵਾਬ ਦਿੱਤਾ, ਉਹਨੇ ਕਿਹਾ 24 ਘੰਟੇ 'ਚ ਅਗਰ ਬਚ ਗਿਆ ਤਾਂ ਠੀਕ, ਨਾ ਬਚਿਆ ਤਾਂ ਮਾਮਲਾ ਖਰਾਬ ਹੋ ਜਾਣਾ। ਤੂੰ ਬਚ ਜਾ, ਚੰਗਾ ਮਰ ਜਾਵੇ ਉਹ 24 ਘੰਟੇ ਤੋਂ 22 ਘੰਟਿਆਂ 'ਚ ਮਰ ਜਾਵੇ, ਉਹ ਵੀ ਬਗੈਰ ਇਹ ਬਗੈਰ ਤੂੰ ਵੀ ਕੁੱਤੇ ਲੋਕ ਹੋ, ਮੈਂ ਤੁਹਾਡੇ 'ਚ ਫਸ ਗਿਆ, ਕੁੱਤਿਆਂ 'ਚ ਮੈਂ ਫਸ ਗਿਆ। ਓ ਨੋ ਨਹੀਂ, ਇਹ ਨਾ ਦੇਖੋ ਮੇਰੀ ਗੱਲ ਸੁਣੋ ਭਾਈ ਜਾਨ, ਉਹ ਤੁਸੀਂ ਡਾਕਟਰ ਨੂੰ ਕੀ ਤੁਸੀਂ ਹਾਲ ਕਰ ਦਿੱਤਾ? ਮੈਂ ਕਹਿ ਵੀ ਰਿਹਾ ਦਿਲ ਦਾ ਮਰੀਜ਼ ਹੈ, ਨਫਸਿਆਤੀ ਹੋ ਗਿਆ ਬੰਦਾ, ਕਹਾਣੀ ਉਹਨੇ ਲਿਖੀ, ਮੇਰਾ ਰਾਈਟਰ ਹੈ ਡਾਇਰੈਕਟਰ, ਹੁਣ ਕਹਾਣੀ ਦਾ ਵਕਤ ਮੈਨੂੰ ਪੈ ਗਿਆ। ਤੈਨੂੰ ਕਾਹਦਾ ਵਕਤ ਪੈ ਗਿਆ, ਕਹਾਣੀ ਕੀ ਲਿਖੀ ਉਹਨੇ? ਭਾਈ ਜਾਨ ਇੱਕ ਇੱਕ ਸੀਨ ਮੈਨੂੰ ਹੁਣ ਯਾਦ ਕਰਨਾ ਪੈ ਰਿਹਾ, ਮੈਂ ਹੁਣ ਕਰਾਉਣਾ ਹੈ। ਚੱਲ ਇੱਕ ਇੱਕ ਸੀਨ ਯਾਦ, ਐਡਾ ਉਹ ਮਸ਼ੀਨ ਯਾਦ ਪਰਾਂ ਲੈ ਜਾ ਡਾਇਰੈਕਟਰ ਰਾਈਟਰ। ਸੀਨ ਤੇ ਸੁਣ ਲਓ ਅੱਜ। ਮੈਡਮ ਜੀ ਕਿੱਥੇ ਗਏ ਜੀ? ਮੈਡਮ ਆ ਜਾਂਦੇ ਨੇ। ਨਹੀਂ ਵੇਖੋ ਰੋਜ਼ ਆ ਜਾਂਦੇ ਨੇ, ਵੇਖੋ ਕਿੱਥੇ ਛੱਡ ਹੁੰਦੇ ਆਪ। ਮੈਡਮ ਨੂੰ ਕੀ ਕਹਿਣਾ ਹੈ, ਤੂੰ ਹਰ ਗੱਲ ਤੂੰ ਮੈਡਮ ਤੇ ਮੈਡਮ ਤੇ, ਮੈਂ ਤੇਰੇ ਸਾਹਮਣੇ ਬਾਂਦਰ ਖਲੋਤਾ ਵਾਂ, ਮੈਡਮ ਹੀ ਆ ਜਾਂਦੀ ਹੈ, ਕੀ ਕਹਿਣਾ ਤੂੰ, ਤੇਰਾ ਚੱਕਰ ਕੀ ਹੈ ਮੈਡਮ ਨਾਲ? ਨਹੀਂ ਭਾਈ ਜਾਨ ਸੀਨ ਸਮਝਾਣਾ ਹੈ ਅੱਗੋਂ। ਤੂੰ ਸੀਨ ਮੈਨੂੰ ਸਮਝਾ ਦੇ, ਮੈਂ ਉਹਨੂੰ ਅੱਗੇ ਸਮਝਾ ਦਿਆਂਗਾ। ਸੀਨ ਸਮਝਾਉਣਾ, ਤੂੰ ਬੜੇ ਸੀਨ ਸਮਝਾਉਣਾ ਸਰ। ਕੀ ਆ ਮੇਰੀ ਗੱਲ ਸਰ, ਉਹਨੂੰ ਨਹੀਂ ਕੁਛ ਆਖਣਾ ਭਾਈ ਜਾਨ। ਸਰ ਸਰ ਇੱਧਰ ਆਏ, ਉਹਨੂੰ ਕਿਉਂ ਨਹੀਂ ਕਹਿਣਾ? ਸਰ ਵੇਖੋ ਤੁਹਾਡੀ ਮਿਹਰਬਾਨੀ ਹੈ, ਉੱਥੇ ਬੈਠੋ ਸਰ। ਬੰਦਾ ਜਿਹੜਾ ਮਰਜ਼ੀ ਚੁੱਕ ਕੇ ਆਏ, ਮੇਰੇ ਵੱਲੋਂ ਕੀ ਬੇਨਾ ਭਾਈ ਜਾਨ? ਉਹ ਤੁਹਾਡੇ ਵੱਲੋਂ ਨਹੀਂ ਵੇਂਦੇ ਭਾਈ ਜਾਨ, ਨਹੀਂ ਵੇਂਦੇ ਪਏ, ਅੱਖਾਂ ਕੱਢ ਦਿਆਂਗਾ ਮੈਂ ਤੇਰੀਆਂ। ਭਾਈ ਜਾਨ ਦੇਖੋ, ਹਰ ਉਹ ਮਹਿਮਾਨ ਨੇ। ਉਹ ਕਿਹੜਾ ਮਹਿਮਾਨ ਹੈ, ਘਰ ਲੈ ਜਾ, ਉਹ ਮਹਿਮਾਨ ਹੈ। ਸਰ ਮਹਿਮਾਨ ਹੈ, ਤੁਹਾਡੀ ਮਿਹਰਬਾਨੀ ਹੈ ਨਾ। ਉਹਨੂੰ ਕੀ ਕਹਿ ਰਹੇ? ਇੱਥੇ ਮਹਿਮਾਨ ਦਾ ਕੀ ਕੰਮ, ਮਹਿਮਾਨ ਘਰ 'ਚ ਹੁੰਦੇ ਨੇ, ਇੱਥੇ ਮਹਿਮਾਨ ਦਾ ਜਿਹੜਾ ਮਰਜ਼ੀ ਚੁੱਕ ਲਿਆ, ਉਹਨਾਂ ਮੁੱਛਾਂ ਨੂੰ ਵੱਟ ਦੇਣ ਡਿਆ, ਮੈਨੂੰ ਡਰਾ ਲੈ ਨਹੀਂ, ਮੈਂ ਨਹੀਂ ਕਦੀ ਡਰਦਾ, ਤੋਂ ਸਵਾ ਕਿਸੇ ਕੋਲ ਡਰਿਆ। ਠੀਕ ਹੈ, ਵੈਸੇ ਉਹ ਆਏ ਨੇ, ਜ਼ਰਾ ਕੋਈ ਕੰਮ ਹੈ ਉਹਨਾਂ ਨੂੰ, ਵੈਸੇ ਆਏ ਹੋਏ। ਵੈਸੇ ਇੱਥੇ ਕੀ ਲੈਣ ਆਏ ਨੇ ਲੋਕ, ਠਰਕੀ ਲੋਕ ਹੁੰਦੇ ਨੇ। ਨਹੀਂ ਨਹੀਂ ਭਾਈ ਜਾਨ, ਕੋਈ ਐਸਾ ਮਸਲਾ ਨਹੀਂ। ਸ਼ੂਟ ਦੇਖੋ, ਕੋਈ ਸ਼ੂਟ ਵੇਖਣ, ਸ਼ੂਟ ਸ਼ੂਟ ਵਹਾਣਾ ਹੈ, ਦੇਖ ਸਕਦੇ ਨੇ ਭਾਈ ਜਾਨ ਸ਼ੂਟ। ਵੇਖੋ ਦੋਸਤ ਨੇ ਮੇਰੇ, ਇਹ ਕਿਸੇ ਦੇ ਦੋਸਤ ਨਹੀਂ ਹੁੰਦੇ। ਆ ਕੀ ਵੇਨਾ ਹੈ ਭਾਈ ਜਾਨ? ਵੇਨਾ ਕੀ? ਉਹ ਨਹੀਂ ਕੁਛ ਵੀ ਵੇਨਾ, ਵੇਨਾ ਨਹੀਂ, ਵੇਨਾ ਕੀ ਹੈ ਭਾਈ? ਮੈਂ ਤੇਰੀਆਂ ਮੁੱਛਾਂ ਪੁੱਟ ਕੇ ਤੇਰੀ ਦੇਣੀਆਂ ਨੇ। ਇੱਕ ਮਿੰਟ ਰੋ, ਇੱਕ ਮਿੰਟ ਭਾਈ ਜਾਨ, ਕੀ ਕੀ ਵੇਨਾ ਹੈ? ਕੁਛ ਨਹੀਂ ਵੇਂਦਾ ਭਾਈ ਜਾਨ, ਬੈਠੋ ਸਰ। ਕੀ ਵੇਨਾ ਹੈ ਸਰ? ਇੱਥੇ ਬਹਿ ਜਾਓ, ਨਹੀਂ ਵੇਂਦਾ। ਪਰਾਂ ਤੂੰ ਆ ਕਰ, ਪਰਾਂ ਕਰ ਲੈ ਯਾਰ, ਇੱਕ ਮਿੰਟ ਭਾਈ ਜਾਨ ਬੈਠੋ ਸਰ। ਨਹੀਂ ਅਰੇ ਬੰਦਾ ਤੂੰ ਲੈ ਆਉਣਾ ਮੇਰੇ ਤੇ ਰੋਪ ਪਾਉਣ ਲਈ। ਚਲੋ ਕੁਛ, ਮੈਂ ਰੋਪਾਂ 'ਚ ਨਹੀਂ ਕਦੀ ਆਇਆ। ਅੱਛਾ ਭਾਈ, ਮੈਂ ਆ ਬੜਾ ਕੁੱਤਾ 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 ਅੱਛਾ ਚਲੋ ਕੋਈ ਗੱਲ ਨਹੀਂ ਭਾਈ ਜਾਨ, ਮੈਨੂੰ ਪਤਾ ਹੈ। ਹਾਂ ਜੀ, ਕਿਉਂ ਟੰਗਣਾ ਪਿਆ ਹੈ ਭਾਈ ਜਾਨ? ਬੈਠੋ, ਕੁਛ ਵੀ ਨਹੀਂ, ਉਂਝ ਵੀ ਗਰਮੀ ਲੱਗ ਰਹੀ ਹੋਣੀ ਹੈ। ਗਰਮੀ ਲੱਗ ਰਹੀ ਹੈ, ਇਹਦੇ ਪੱਖਾ ਲਾ ਦੇ ਉਹ ਪਿੱਛੇ, ਕੱਲ ਨੂੰ ਲੈ ਆਉਣਾ ਪਾਗਲ ਦੇ। ਚਲੋ ਨਹੀਂ ਭਾਈ ਜਾਨ, ਅੱਗੋਂ ਨਹੀਂ ਛੂਟ ਤੇ ਕਿਸੇ ਨੂੰ ਲਿਆਵਾਂਗਾ ਤੁਹਾਡੀ ਆ ਮੇਰੀ। ਇਹ ਤੂੰ ਹਰ ਵਾਰੀ ਆਣਾ, ਹੁਣ ਨਹੀਂ ਕਿਸੇ ਨੂੰ ਲੈ ਕੇ ਆਵਾਂਗਾ। ਅੱਛਾ ਦੇਖੋ, ਕੱਲ ਨਾ ਗਾਣਾ ਜਿਹੜਾ ਸੀ ਨਾ, ਮੁਕੰਮਲ ਨਹੀਂ ਹੋਇਆ। ਅੱਛਾ ਸਰ, ਇੱਧਰ ਆ ਜਾਈ ਸਰ, ਇਹਨੂੰ ਇਹਦੋ ਠਾਲਾ, ਮੈਂ ਤੈਨੂੰ ਪਿਆਣਾ ਇਹਨੂੰ ਭਾਈ ਜਾਨ, ਠਾਲ ਲਗਾ, ਮੈਂ ਠਾਲ ਲਗਾ, ਠਾਲ ਠਾਲ ਇਹਨੂੰ ਠਾਲ ਦੇ ਭਾਈ, ਇੱਕ ਮਿੰਟ ਭਾਈ ਜਾਨ ਇੱਧਰ ਆ ਜਾਓ ਸਰ, ਸਰ 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 ਆ ਜਾਓ ਸਰ, ਇੱਕ ਮਿੰਟ ਸਰ, ਠੀਕ ਹੈ ਸਰ, ਇੱਧਰ ਆ ਜਾਓ ਸਰ, ਮਿਹਰਬਾਨੀ ਸਰ, ਇੱਥੇ ਬਹਿ ਜਾਓ ਸਰ ਜੀ, ਇੱਥੇ ਪ੍ਰੋਫੈਸਰ ਦਾ ਸਾਲਾ ਸਰ, ਬਹਿ ਜਾਓ ਸਰ, ਬਹਿ ਜਾਓ ਸਰ। ਭਾਈ ਜਾਨ ਵੇਖੋ, ਆ ਮੈਂ ਵੇਖ ਲਿਆ ਉਹਨਾਂ 'ਚ, ਦੇਖੋ ਕੱਲ ਗਾਣਾ ਮੁਕੰਮਲ ਨਹੀਂ ਹੋਇਆ, ਨਹੀਂ ਹੋਇਆ, ਦੱਸੋ ਅੱਗੋਂ ਕੀ ਹੈ? ਗਾਣੇ ਦਾ ਸੀਨ ਹੈ, ਹਾਂ ਵੇਖੋ ਸੀਨ 2-3 ਹੋ ਗਏ ਨੇ, ਅੱਗੋਂ ਗਾਣੇ ਦਾ ਸੀਨ ਕਰਨਾ ਹੈ ਨਾ। ਦੱਸੋ ਕੀ ਸੀਨ ਕਰਨਾ ਹੈ? ਮੈਡਮ ਕਿੱਥੇ ਨੇ? ਮੈਂ ਉਹਨੂੰ, ਮੈਡਮ ਆ ਜਾਂਦੇ ਨੇ, ਹੈ ਕਿੱਥੇ? ਮੈਡਮ ਦਾ ਕਿਉਂ ਤੂੰ ਪੁੱਛਣਾ?
ਕੀ ਤਲਕ ਹੈ ਤੇਰਾ ਮੈਡਮ? ਤੂੰ ਕੰਮ ਕਰਾ ਹਰ ਗੱਲ ਮੈਡਮ ਦੀ ਮੈਡਮ ਦੀ ਮੈਡਮ ਦੀ, ਤੂੰ ਤਾਂ ਮੈਨੂੰ ਪਾਗਲ ਕਰ ਛੱਡਿਆ। ਮੈਡਮ ਦੇ ਨਾਲ ਤੁਹਾਡਾ ਸੀਨ ਹੈ ਨਾ, ਮੈਡਮ ਦੇ ਨਾਲ ਤੁਹਾਡਾ ਸੀਨ। ਤੂੰ ਮੈਨੂੰ ਸੀਨ ਸਮਝਾ ਦੇ ਨਾ ਤੇ ਮੈਂ ਮੈਡਮ ਨੂੰ ਸਮਝਾ ਦਿਆਂਗਾ। ਨਹੀਂ ਦੇਖੋ ਜੀ, ਮੇਰੀ ਗੱਲ ਸੁਣੋ, ਤੁਹਾਨੂੰ ਨਹੀਂ ਸਮਝ ਆਉਂਦੀ ਨਾ ਸੀਨ? ਮੈਂ ਪਾਗਲ ਆਦਮੀ ਆ, 400 ਫਿਲਮ ਕੀਤੀ, ਪਾਗਲ ਆਦਮੀ ਆ ਮੈਂ? ਹੈ ਬੇਵਕੂਫ ਦੇ ਪੁੱਤਰਾ, ਮੈਂ ਤੇਰੀ ਚਰਜੀ ਫਿਲਮ ਕਰ ਰਹੀ ਹੈ? ਭਾਈ ਜਾਨ, ਮੈਂ ਮੈਡਮ ਨੂੰ ਸਮਝਾਉਣੀ ਹੈ ਕਿਉਂਕਿ ਗਾਣੇ ਦਾ ਸੀਨ। ਮੈਂ ਕੀ ਕਰਾਂ, ਮੈਡਮ ਨੂੰ ਲੈ ਕੇ ਆਵਾਂ? ਸਰ ਮੈਂ ਲੈ ਕੇ ਆਉਣਾ ਕਿੱਥੇ? ਕਿਹੜੀ ਬਾਹਰ ਗੱਡੀ? ਬਾਹਰ ਗੱਡੀ 'ਚ ਖਲੋਤੀ ਹੈ। ਸਰ ਦੇਖੋ, ਤੁਹਾਡੀ ਮਿਹਰਬਾਨੀ। ਉਹ ਚੱਲ ਚੱਲ, ਤੂੰ ਫਕੀਰ ਆਦਮੀ। ਅੱਛਾ ਚਲੋ, ਆਦਮੀ ਹੈ ਬਗੈਰ ਦਾ, ਵਿਆਹਾਂ ਦੇ ਹੱਡੀਆਂ ਮੰਗਣ ਵਾਲਾ। ਚਲੋ ਸਰ, ਫਿਲਮ ਮੁਕੰਮਲ ਕਰ ਲਈ। ਚੱਲ ਮੁਕੰਮਲ, ਚੱਲ ਮੁਕੰਮਲ ਕਰ ਲੈਂਦੇ ਚੱਲ। ਅੱਛਾ ਭਾਈ, ਚੱਲਾ ਚੱਲਾ ਜੇ, ਵੇਖੋ ਚੱਲਾ ਜੇ।